ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਚੈਨਲ। ਦੋਸਤੋ, ਇਸ ਵੀਡੀਓ ਦਾ ਜਿਹੜਾ ਸਬਜੈਕਟ ਹੁੰਦਾ ਹੈ ਕਿਊ ਐਂਡ ਏ, ਯਾਨੀ ਕਿ ਕੁਐਸਚਨ ਅਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਦੇ ਵਿੱਚ ਮੈਨੂੰ ਸਵਾਲ ਕਰਦੇ ਹੋ ਅਤੇ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦਿੰਦਾ ਹਾਂ। ਹਰ ਰੋਜ਼ ਰਾਤ ਨੂੰ 8:30 ਇਹ ਵੀਡੀਓ ਰਿਲੀਜ਼ ਹੁੰਦੀ ਹੈ ਯੂਟਿਊਬ 'ਤੇ। ਸੋ ਤੁਸੀਂ ਦਿਨ ਭਰ ਮੈਨੂੰ ਵੀਡੀਓ 'ਤੇ ਮੇਰੇ 'ਤੇ ਕਮੈਂਟ ਕਰਦੇ ਹੋ ਅਤੇ ਮੈਂ ਹਰ ਰੋਜ਼ ਰਾਤ ਨੂੰ 8:30 ਤੁਹਾਨੂੰ ਇਹਨਾਂ ਸਵਾਲਾਂ ਦੇ ਜਵਾਬ ਜਿਹੜਾ ਹੈਗਾ ਉਹ ਦਿੰਦਾ। ਸੋ ਅੱਜ ਵਾਸਤੇ ਸੌਰੀ ਹੈ, ਕਿਉਂਕਿ ਅੱਜ ਫਿਰ ਵੀਡੀਓ ਜਿਹੜੀ ਉਹ ਲੇਟ ਹੋ ਗਈ ਹੈ, ਕਿਉਂਕਿ ਨੋਰਮਲੀ ਜਿਹੜੀ ਸਾਡੀ ਵੀਡੀਓ 8:30 ਰਿਲੀਜ਼ ਹੁੰਦੀ ਹੈ, ਪਰ ਅੱਜ ਕੁਛ ਰੁਝੇਵੇਂ ਹੋਰ ਕਰਕੇ 8:30 ਵੀਡੀਓ ਰਿਲੀਜ਼ ਨਹੀਂ ਕਰ ਪਾਏ। ਸੋ ਥੋੜ੍ਹਾ ਲੇਟ ਜਿਹੜੀ ਵੀਡੀਓ ਇਹ ਹੋ ਰਹੀ ਹੈ। ਸੋ ਆਓ ਸ਼ੁਰੂ ਕਰਦੇ ਹੈਗੇ ਹਾਂ ਦੋਸਤੋ ਅੱਜ ਦੇ ਕਮੈਂਟ। ਲਵ ਕੰਬੋਜ ਜੀ ਪੁੱਛਦੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਭਾਅ ਜੀ, ਦੁਬਈ ਵਨ ਟਾਈਮ ਟਰੈਵਲ, ਫਸਟ ITR 2.5 lakh ਐਂਡ ਸੈਕਿੰਡ 4.8 lakh, ਕਰੰਟ ਅਕਾਊਂਟ ਰਨਿੰਗ, ਸੇਵਿੰਗ ਬੈਂਕ ਬੈਲੈਂਸ 4 lakh, ਕੋਵਿਡਸ਼ੀਲਡ ਦੋਨੋਂ ਡੋਜ਼ ਲੱਗ ਚੁੱਕੀਆਂ ਨੇ, ਸਵਿਟਜ਼ਰਲੈਂਡ ਦੇ ਵਿੱਚ ਇਹਦੇ ਕਿੰਨੇ % ਚਾਂਸਿਸ ਨੇ? ਬਹੁਤ ਵਧੀਆ ਚਾਂਸਿਸ ਨੇ ਜੀ ਤੁਹਾਡੇ, ਤੁਹਾਡੀ ITR ਵੀ ਵਧੀਆ ਹੈਗੀ ਹੈ ਅਤੇ ਤੁਹਾਡਾ ਜਿਹੜਾ ਹੈਗਾ ਬੈਲੈਂਸ ਵੀ ਅੱਛਾ ਹੈਗਾ, ਦੁਬਈ ਟਰੈਵਲ ਕਰ ਰੱਖਿਆ ਹੈਗਾ। ਤੁਸੀਂ ਜਿਹੜਾ ਹੈਗਾ ਤੁਸੀਂ ਆ ਜਾਓ, ਕੱਲ੍ਹ ਆ ਜਾਓ ਸਾਡੇ ਆਫਿਸ ਦੇ ਵਿੱਚ, ਤੁਹਾਡਾ ਵੀਜ਼ਾ ਜਿਹੜਾ ਉਹ ਆਊਗਾ, ਵਧੀਆ ਚਾਂਸਿਸ ਨੇ। ਸੋ ਨੋ ਪ੍ਰੋਬਲਮ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅੱਗੇ ਮਿਸਟਰ ਸਿੰਘ ਲਿਖਦੇ ਨੇ, ਆਈ ਵਾਂਟ ਟੂ ਅਪਲਾਈ US ਅਤੇ ਟੂਰਿਸਟ ਵੀਜ਼ਾ, ਬਟ ਆਈ ਵਾਂਟ ਟੂ ਨੋ ਅਬਾਊਟ ਵਨ ਆਨਸਰ, ਆਈ ਕੇਮ ਇਨ ਯੂਰਪ ਬਿਫੋਰ 5 ਈਅਰ ਐਗੋ ਵਿਦ ਬਿਜਨਸ ਵੀਜ਼ਾ, ਬਟ ਆਈ ਡਿਡਨਟ ਰਿਟਰਨ ਟੂ ਇੰਡੀਆ ਐਂਡ ਆਈ ਗੈਟ ਪੁਰਤਗਾਲ TRC, ਨਾਓ ਆਈ ਵਾਂਟ ਟੂ ਅਪਲਾਈ ਫੋਰ US ਟੂਰਿਸਟ ਵੀਜ਼ਾ, ਵਟ ਆਈ ਕੈਨ ਆਨਸਰ ਇਫ ਆਫਿਸਰ ਆਸਕ ਦੈਟ ਵਾਈ ਆਈ ਡਿਡ ਰਿਟਰਨ ਟੂ ਇੰਡੀਆ ਫਰੋਮ ਯੂਰਪ ਐਂਡ ਵਾਈ ਯੂ ਵਿਲ ਰਿਟਰਨ ਫਰੋਮ USA। ਦੇਖੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ, ਜਦੋਂ ਤੁਹਾਨੂੰ ਰਹਿੰਦਿਆਂ ਨੂੰ ਬਹੁਤ ਟਾਈਮ ਹੋ ਗਿਆ ਹੁੰਦਾ, ਤੁਹਾਡਾ ਜਿਹੜਾ ਕਰੰਟ ਜਿਹੜਾ ਸਟੇਟਸ ਹੈਗਾ ਉਹ ਲੀਗਲ ਹੋਣਾ ਚਾਹੀਦਾ। ਪਾਸਟ ਦੇ ਵਿੱਚ ਤੁਸੀਂ ਕੀ ਕੀਤਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ, ਕਿਉਂਕਿ ਤੁਹਾਡੇ ਪਾਸਪੋਰਟ 'ਤੇ ਚੀਜ਼ਾਂ ਨਹੀਂ ਲਿਖੀਆਂ ਹੋਣਗੀਆਂ ਕਿ ਤੁਸੀਂ 5 ਸਾਲ ਪਹਿਲਾਂ ਕੀ ਕਰਨ ਆਏ ਸੀਗੇ। ਪ੍ਰੈਜੈਂਟ ਜਿਹੜਾ ਸਨੈਰੀ ਹੋਏਗਾ, ਆਫਿਸਰ ਹਮੇਸ਼ਾ ਜਿਹੜਾ ਉਹ ਪ੍ਰੈਜੈਂਟ ਜਿਹੜਾ ਸਨੈਰੀ ਉਹ ਦੇਖਦਾ ਹੈ। ਦੁਨੀਆ ਦੇ ਵੱਖ ਵੱਖ ਕੰਟਰੀਆਂ ਦੇ ਵਿੱਚ ਤੁਸੀਂ ਜਾਂਦੇ ਹੋ, ਕੈਨੇਡਾ ਜਾਂਦੇ ਹੋ, ਅਮੈਰੀਕਾ ਜਾਂਦੇ ਹੋ, ਉੱਥੇ ਵੀ ਸਟਾਰਟਿੰਗ ਦੇ ਵਿੱਚ ਤੁਹਾਡਾ ਜਿਹੜਾ ਸਟੇਟਸ ਹੈ ਉਹ ਲੀਗਲ ਹੁੰਦਾ, ਇਲੀਗਲ ਹੁੰਦਾ, ਅਤੇ ਹੌਲੀ ਹੌਲੀ ਉਹ ਲੀਗਲ 'ਚ ਕਨਵਰਟ ਹੋ ਜਾਂਦਾ, ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਹੁੰਦੀ। ਸੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਬ੍ਰਦਰ, ਤੁਸੀਂ ਜਿਹੜਾ ਹੈਗਾ ਕਰ ਸਕਦੇ ਹੋ ਅਪਲਾਈ, ਨੋ ਪ੍ਰੋਬਲਮ। ਅੱਗੇ ਨਿਸ਼ਾਨ ਸਿੰਘ ਲਿਖਦੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਗੇ ਪੂਜਾ ਸ਼ਰਮਾ ਜੀ ਲਿਖਦੇ ਨੇ ਜੀ, ਸਰ ਅਮੈਰੀਕਾ ਟੂਰਿਸਟ ਵੀਜ਼ਾ ਕਬ ਸਟਾਰਟ ਹੋਊਗਾ, ਪਲੀਜ਼ ਰਿਪਲਾਈ ਮੀ। ਪੂਜਾ ਜੀ ਦੇਖੀਏ, ਹਮ ਪਹਿਲੇ ਵੀ ਕਹਿਤੇ ਰਹਿਤੇ ਹੈ ਆਪਕੋ ਕਿ ਅਭੀ ਹੋ ਸਕਤਾ ਹੈ ਕਿ ਜੁਲਾਈ ਐਂਡ ਜਾਂ ਫਿਰ ਅਗਸਤ ਮੇਂ ਤੋਂ ਹੋਗਾ ਹੀ ਹੋਗਾ। ਉਸਕੇ ਪਿੱਛੇ ਬਹੁਤ ਸਾਰੇ ਰੀਜ਼ਨ ਹੈ, ਕਿਉਂਕਿ ਇੱਕ ਤੋਂ ਅਮੈਰੀਕਾ ਅਬ ਧੀਰੇ ਧੀਰੇ ਪੂਰੀ ਤਰ੍ਹਾਂ ਸੇ ਖੁੱਲ੍ਹ ਰਿਹਾ ਹੈ, ਫਲਾਈਟਾਂ ਵੀ ਬਹੁਤ ਜਲਦੀ ਓਪਨ ਹੋਊਗੀ ਔਰ ਵੀਜ਼ਾ ਵੀ ਓਪਨ ਹੋਗਾ, ਕਿਉਂਕਿ ਕੈਨੇਡਾ ਨੇ ਆਲਰੇਡੀ ਜੋ ਹੈ ਟੂਰਿਸਟ ਵੀਜ਼ਾ ਓਪਨ ਕਰ ਦਿਆ ਹੈ, ਔਰ ਅਭੀ ਅਮੈਰੀਕਾ ਜੈਸੀ ਹਮੇਂ ਵੀਜ਼ਾ ਕੀ ਜ਼ਰੂਰਤ ਹੈ, ਐਸੀ ਹਰ ਕੰਟਰੀ ਕੋ ਟੂਰਿਜ਼ਮ ਕੀ ਜ਼ਰੂਰਤ ਹੈ, ਜੋ ਜੈਨੂਨ ਟਰੈਵਲਰ ਰਹਿਤੇ ਹੈ, ਜੈਨੂਨ ਵਿਜ਼ਟਰ ਕੀ ਜ਼ਰੂਰਤ ਹੈ, ਸੋ ਬਹੁਤ ਜਲਦੀ ਜੋ ਹੈ ਵੀਜ਼ਾ ਓਪਨ ਹੋਊਗਾ। ਥੈਂਕ ਯੂ। ਰਾਜ ਗਿੱਲ ਜੀ ਪੁੱਛਦੇ ਨੇ, ਹੈਲੋ ਸਰ, ਥਾਈਲੈਂਡ ਕਾ ਚੀਪ ਟੂਰ ਪੈਕੇਜ ਬਣਾਓ ਕੋਈ? ਹਲੇ ਜਿਹੜਾ ਥਾਈਲੈਂਡ ਬ੍ਰਦਰ ਨਹੀਂ ਖੋਲਿਆ ਹੈਗਾ, ਥੋੜ੍ਹੀ ਵੇਟ ਕਰੋ, ਫਿਰ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਸੁਜੈਸਟ ਕਰਾਂਗੇ। ਹਲੇ ਤੁਸੀਂ ਥਾਈਲੈਂਡ ਨਹੀਂ ਜਾ ਸਕਦੇ, ਜਾਓਗੇ ਤੁਹਾਨੂੰ ਕੁਆਰੰਟਾਈਨ ਹੋਣਾ ਪੈਂਦਾ, ਸੋ ਬਹੁਤ ਕੋਸਟਲੀ ਪੈ ਜਾਂਦਾ ਹੈਗਾ, ਵੇਟ ਕਰੋ, ਜਿਵੇਂ ਥਾਈਲੈਂਡ ਖੁੱਲ੍ਹੇਗਾ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਸੁਜੈਸਟ ਕਰਾਂਗੇ। ਸਾਰੰਸ਼ ਗੁਪਤਾ ਲਿਖਦੇ ਨੇ, ਸਰ US ਏਅਰਪੋਰਟ ਇਮੀਗ੍ਰੇਸ਼ਨ ਮੇਂ ਕਿਆ ਕੁਐਸਚਨ ਪੁੱਛੇ ਜਾਤੇ ਹੈ? ਸਾਰੰਸ਼ ਜੀ, ਇਸ ਪਰ ਮੈਨੇ ਵੀਡੀਓ ਬਣਾਈ ਹੈ, ਆਪ ਸੁਬਹ ਕੱਲ ਇੱਕ ਵੀਡੀਓ ਮੇਰੀ ਦੇਖ ਸਕਤੇ ਹੈ, ਏਅਰਪੋਰਟ USA ਏਅਰਪੋਰਟ ਇਮੀਗ੍ਰੇਸ਼ਨ। ਸੋ ਵੋ ਆਪ ਲੋਕੋਂ ਕੇ ਲੀਏ ਹੀ ਬਣਾਈ ਹੈ, ਤੋ ਉਸਮੇਂ ਸਾਰਾ ਕੁਛ ਮੈਨੇ ਕਲੀਅਰ ਕੀਆ ਹੈ, ਕੌਨ ਸੇ ਸਵਾਲ ਪੁੱਛੇ ਜਾਤੇ ਹੈ ਆਪਸੇ, ਕੈਸੇ ਕੈਸੇ ਆਪਣੇ ਉਨਕਾ ਆਨਸਰ ਕਰਨਾ ਹੈ, ਕਿਨ ਕਿਨ ਬਾਤੋਂ ਕਾ ਆਪਣੇ ਧਿਆਨ ਰੱਖਣਾ ਹੈ, ਤੋ ਕੱਲ੍ਹ ਵਾਲੀ ਮੇਰੀ ਵੀਡੀਓ ਆਪ ਜ਼ਰੂਰ ਦੇਖੀਏ। ਥੈਂਕ ਯੂ। ਅੱਗੇ ਸਾਹਿਲ ਅਰੋੜਾ ਜੀ ਪੁੱਛਦੇ ਨੇ, ਰਸ਼ੀਆ ਦੇ ਰਿਗਾਰਡਿੰਗ, ਸਰ ਬਿਜ਼ਨਸ ਵੀਜ਼ਾ 'ਤੇ ਬੰਦਾ ਕੰਮ ਕਰ ਸਕਦਾ ਹੈ? ਦੇਖੋ ਜੀ, ਤੁਸੀਂ ਰਸ਼ੀਆ ਜਿਹੜਾ ਬਿਜ਼ਨਸ ਵੀਜ਼ਾ ਉਸ 'ਤੇ ਕੋਈ ਮੀਟਿੰਗ ਕਰ ਸਕਦੇ ਹੋ, ਕਲਾਇੰਟ ਨੂੰ ਮਿਲ ਸਕਦੇ ਹੋ ਲੀਗਲੀ ਤੌਰ 'ਤੇ, ਜਾਂ ਤੁਸੀਂ ਕੋਈ ਚੀਜ਼ ਖਰੀਦਣੀ ਹੈਗੀ ਉਹ ਕਰ ਸਕਦੇ ਹੋ, ਪਰ ਤੁਸੀਂ ਵਰਕ ਨਹੀਂ ਕਰ ਸਕਦੇ, ਹੈ ਨਾ, ਵਰਕ ਪਰਮਿਟ ਅਲੱਗ ਹੁੰਦਾ, ਬਿਜ਼ਨਸ ਵੀਜ਼ਾ ਅਲੱਗ ਹੁੰਦਾ, ਕਰੀ ਸਾਰੇ ਜਾਂਦੇ ਆ ਲੋਕ ਉੱਥੇ ਜਾ ਕੇ ਜਿਹਨਾਂ ਕੋਲ, ਕਿਉਂਕਿ ਬਿਜ਼ਨਸ ਵੀਜ਼ਾ 'ਤੇ ਜਿਹੜੀ ਮਿਆਦ ਹੈ ਉਹ ਜ਼ਿਆਦਾ ਹੁੰਦੀ ਹੈ, ਸੋ ਕਰੀ ਹਰ ਕੋਈ ਜਾਂਦਾ, ਕੰਮ ਸਾਰੇ ਹੀ ਕਰ ਲੈਂਦੇ ਨੇ,
ਬਟ ਲੀਗਲੀ ਤੌਰ 'ਤੇ ਸ਼ਾਇਦ ਤੁਸੀਂ ਨਹੀਂ ਕਰ ਸਕਦੇ, ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖ ਸਕਦੇ। ਸ਼ੁਭਪ੍ਰੀਤ ਸਿੰਘ ਔਫੀਸ਼ੀਅਲ ਲਿਖਦੇ ਨੇ, ਓਪਨ ਵਰਕ ਪਰਮਿਟ ਕਿੰਨੇ ਸਾਲ ਦਾ ਹੁੰਦਾ ਹੈ ਸਰ ਜੀ? ਸ਼ੁਭਮ ਜੀ, ਸ਼ੁਭ ਜੀ ਦੇਖੋ, ਜਿਹੜਾ ਓਪਨ ਵਰਕ ਪਰਮਿਟ ਹੈ ਨਾ, ਇਹਦੀ ਜਿਹੜੀ ਵੈਲਿਡਿਟੀ ਹੁੰਦੀ ਹੈ ਤੁਹਾਡੇ ਸਪਾਊਸ ਦੇ ਨਾਲ ਜੁੜੀ ਹੁੰਦੀ ਹੈ। ਮੀਨਸ ਸਪਾਊਸ ਮੀਨਸ ਜਿੰਨਾ ਤੁਹਾਡਾ ਜਿੰਨਾ ਸਪਾਊਸ ਕੋਲ ਵੀਜ਼ਾ ਹੋਊਗਾ ਉਨੇ ਟਾਈਮ ਦਾ ਹੀ ਤੁਹਾਨੂੰ ਓਪਨ ਵਰਕ ਪਰਮਿਟ ਹੁੰਦਾ। ਓਪਨ ਵਰਕ ਪਰਮਿਟ ਮਿਲਦਾ ਕਿਹਨੂੰ ਹੈ? ਓਪਨ ਵਰਕ ਪਰਮਿਟ ਮਿਲਦਾ ਜਿਹਦਾ ਸਪਾਊਸ ਉੱਥੇ ਹੋਵੇ, ਭਾਵੇਂ ਉਹ ਸਟੱਡੀ 'ਤੇ ਹੋਵੇ ਜਾਂ ਉਹ ਵਰਕ ਪਰਮਿਟ 'ਤੇ ਹੋਵੇ। ਤੁਸੀਂ ਜਦੋਂ ਕੈਨੇਡਾ ਜਾਣਾ ਹੋਵੇ ਆਪਣੇ ਸਪਾਊਸ ਨੂੰ ਜਾ ਕੇ ਜੁਆਇਨ ਕਰਨਾ, ਤਾਂ ਤੁਹਾਨੂੰ ਓਪਨ ਵਰਕ ਪਰਮਿਟ ਮਿਲਦਾ ਹੈ। ਜੇਕਰ ਤੁਹਾਡੇ ਸਪਾਊਸ ਦੀ ਸਟੱਡੀ 1 ਸਾਲ ਦੀ ਰਹਿੰਦੀ ਹੈ ਤਾਂ ਤੁਹਾਨੂੰ ਜਿਹੜਾ ਓਪਨ ਵਰਕ ਪਰਮਿਟ ਹੈ 1 ਸਾਲ ਦਾ ਮਿਲੇਗਾ। ਜੇ ਤੁਹਾਡੇ ਸਪਾਊਸ ਦੀ ਸਟੱਡੀ 1.5 ਸਾਲ ਦੀ ਰਹਿੰਦੀ ਹੈ ਤਾਂ ਤੁਹਾਨੂੰ ਵਰਕ ਪਰਮਿਟ ਜਿਹੜਾ ਓਪਨ ਵਰਕ 1.5 ਸਾਲ ਦਾ ਮਿਲੇਗਾ। ਇਸ ਤਰ੍ਹਾਂ ਹੀ ਜਿਹੜਾ ਤੁਹਾਡਾ ਜੇ ਤੁਹਾਡਾ ਸਪਾਊਸ ਉੱਥੇ ਪਰਮਿਟ 'ਤੇ ਹੈ, ਉਹਦੇ ਪਰਮਿਟ ਦੀ ਵੈਲਿਡਿਟੀ 2 ਸਾਲ ਹੈ, ਤੁਹਾਨੂੰ 2 ਸਾਲ ਦਾ ਮਿਲੇਗਾ। ਸੋ ਡਿਪੈਂਡ ਕਰਦਾ ਤੁਹਾਡੇ ਸਪਾਊਸ ਦਾ ਕੀ ਸਟੇਟਸ ਹੈ ਅਤੇ ਉਹਦਾ ਸਟੇਟਸ ਕਦੋਂ ਤੱਕ ਹੈਗਾ, ਉਦੋਂ ਤੱਕ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ। ਅੱਗੇ ਸ਼ੁਭਮ ਤੇਜੀ ਜੀ ਲਿਖਦੇ ਨੇ ਜੀ, ਸਰ ਕੈਨੇਡਾ ਵਿਜ਼ਟਰ ਵੀਜ਼ਾ ਕੇ ਲੀਏ ਕਿੰਨੇ ਸਾਲ ਦੇ ITR ਚਾਹੀਦੇ ਨੇ, ਪਲੀਜ਼ ਅੰਸਰ। ਸ਼ੁਭਮ ਜੀ, 2 ਤੋਂ 3 ਸਾਲ ਦੇ ITR ਜੇ ਤੁਸੀਂ ਦੇ ਦੋਗੇ ਤਾਂ ਵਧੀਆ ਗੱਲ ਹੈ। 2 ਤੋਂ 3 ਸਾਲ ਦੇ, 3 ਸਾਲ ਦੇ ਦੋਗੇ ਜ਼ਿਆਦਾ ਵਧੀਆ ਗੱਲ ਹੈ। 2 ਸਾਲ ਦਾ ਵੀ ਚੱਲਦਾ, ਨੋਰਮਲੀ ਲੋਕ 2 ਸਾਲਾਂ ਦੇ ITR ਹੀ ਦਿੰਦੇ ਨੇ। ਸੋ ਤੁਸੀਂ 2 ਸਾਲਾਂ ਦਾ ਜਿਹੜਾ ਹੈਗਾ ਲਗਾ ਸਕਦੇ ਹੋ। ਜ਼ਹੀਰ ਚੌਧਰੀ ਜੀ ਲਿਖਦੇ ਨੇ ਜੀ, ਸਰਦਾਰ ਜੀ 10,30,000 ਬੈਂਕ ਸਟੇਟਮੈਂਟ ਔਰ ਪ੍ਰੋਪਰਟੀ ਵੈਲੂਏਸ਼ਨ ਰਿਪੋਰਟ 11 ਕਰੋੜ ਕੀ ਹੈ, ਕੀ ਲਗਾਈ ਹੈ? 13/7/21 ਕੋ ਬਾਇਓਮੈਟ੍ਰਿਕ ਡਨ ਕੀ ਹੈ, ਕਿਤਨੇ ਚਾਂਸ ਹੈ ਵੀਜ਼ਾ ਟੂਰਿਸਟ ਕੇ? ਜ਼ਹੀਰ ਜੀ, ਅੱਛੇ ਚਾਂਸਿਸ ਹੈ ਆਪਕੇ, ਵੇਟ ਕੀਜੀਏ, ਤੋ ਪੋਜ਼ੀਟਿਵ ਹੀ ਕੁਛ ਨਾ ਕੁਛ ਆਏਗਾ। ਕਿਉਂਕਿ ਯਦੀ ਇੱਕ ਵਾਰੀ ਵੀਜ਼ਾ ਆਪਣੇ ਕਰ ਦਿਆ ਹੈ ਤੋ ਫਿਰ ਉੱਪਰ ਵਾਲੇ ਪੇ ਆਪ ਭਰੋਸਾ ਰੱਖੀਏ, ਥੋੜ੍ਹਾ ਸਾ ਪਰਮਾਤਮਾ ਪੇ ਯਕੀਨ ਰੱਖੀਏ, ਵੀਜ਼ਾ ਆਏਗਾ ਆਪਣਾ। ਥੈਂਕ ਯੂ। ਅੱਗੇ ਅਮਰਪਾਲ ਸਿੱਧੂ ਜੀ ਲਿਖਦੇ ਨੇ, ਬਹੁਤ ਵਧੀਆ ਕੰਮ ਕਰ ਰਹੇ ਹੋ, ਇਸ ਤਰ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਦਿਆ ਕਰੋ ਹਫ਼ਤੇ 'ਚ ਇੱਕ ਵਾਰੀ। ਅਮਰਪਾਲ ਜੀ, ਅਸੀਂ ਡੇਲੀ ਜਵਾਬ ਦਿੰਦੇ ਹੈਗੇ ਹਾਂ ਜੀ, ਹਫ਼ਤੇ 'ਚ ਇੱਕ ਵਾਰੀ ਨਹੀਂ ਬ੍ਰਦਰ। ਤੁਸੀਂ ਸਾਨੂੰ ਹਰ ਰੋਜ਼ ਰਾਤ ਨੂੰ 8:30 ਵਜੇ ਜਿਹੜਾ ਹੈਗਾ ਉਹ ਸੁਣ ਸਕਦੇ ਹੋ। ਡੇਲੀ ਅਸੀਂ ਜਿਹੜਾ ਹੈਗਾ ਸਵਾਲਾਂ ਦੇ ਜਵਾਬ ਦਿੰਦੇ ਹਾਂ। ਜਿੰਨੇ ਕਮੈਂਟ ਆਉਂਦੇ ਨੇ ਅਸੀਂ ਮੈਕਸੀਮਮ ਕਮੈਂਟ ਦਾ ਕੋਸ਼ਿਸ਼ ਕਰਦੇ ਹਾਂ ਕਿ ਸੇਮ ਡੇ ਤੁਹਾਡਾ ਜਿਹੜਾ ਸਵਾਲਾਂ ਦਾ ਜਵਾਬ ਦਈਏ। ਆਦਿਲ ਮੈਮਨ ਜੀ ਪੁੱਛਦੇ ਨੇ, ਬ੍ਰਦਰ ਆਈ ਐਮ ਆਲਸੋ ਵਰਕਿੰਗ ਇਨ ਕਤਰ ਐਜ ਏ ਐਟੋਮੋਟਿਵ ਸਰਵਿਸ ਐਡਵਾਈਜ਼ਰ, ਆਈ ਐਮ ਪਲਾਨਿੰਗ ਟੂ ਮਾਈਗ੍ਰੇਟ ਟੂ ਕੈਨੇਡਾ, ਕਾਈਂਡਲੀ ਪ੍ਰੋਵਾਈਡ ਯੂਰ ਕੋਂਟੈਕਟ ਡਿਟੇਲ। ਬ੍ਰਦਰ ਮੇਰਾ ਜੋ ਕੋਂਟੈਕਟ ਡਿਟੇਲ ਹੈ ਆਲਰੇਡੀ ਵੀਡੀਓ ਪਰ ਮੈਂਸ਼ਨ ਕੀਆ ਹੋਤਾ ਹੈ, 7022970229। ਆਪ ਇੰਡੀਆ ਕਾ ਕੋਡ ਲਗਾ ਕੇ ਮੇਰੇ ਸੇ ਬਾਤ ਕਰ ਸਕਤੇ ਹੈ, ਯਾ ਜੋ ਮੇਰੀ ਮੇਲ ਹੈ touristalindia@gmail.com ਪੇ ਵੀ ਆਪ ਆਪਣੀ ਕੋਈ ਇਨਕੁਆਇਰੀ ਭੇਜ ਸਕਤੇ ਹੈ, ਯਾ ਮੇਰੇ ਵਟਸਐਪ ਨੰਬਰ ਸੇਮ ਹੈ, ਮੈਂ ਇੱਕ ਵਾਰੀ ਨੰਬਰ ਰਿਪੀਟ ਕਰ ਦਿੱਤਾ ਹਾਂ, 7022970229 ਪੇ ਭੇਜ ਸਕਦੇ ਹੈ। ਸ਼ੁਕਰੀਆ। ਅੱਗੇ ਭਾਵਨਾ ਮਹਿਤਾ ਜੀ ਲਿਖਦੇ ਨੇ, ਸਰ ਮੇਰੇ ਓਵਰਆਲ 6 ਬੈਂਡ ਨੇ ਬਟ 5.5 ਇਨ ਟਿਊਬ ਮੋਡਿਊਲ 'ਚ ਨੇ, ਮੇਰੀ ਸੈਕੰਡਰੀ ਐਜੂਕੇਸ਼ਨ 'ਚੋਂ 81% ਨੇ, ਕੀ ਮੇਰੀ ਫਾਈਲ ਕੈਨੇਡਾ ਲੱਗ ਸਕਦੀ ਹੈ? ਬੱਚੇ ਜਦੋਂ ਤੁਹਾਡੇ 81% ਨੰਬਰ ਨੇ ਤਾਂ ਤੁਸੀਂ ਇੰਟੈਲੀਜੈਂਟ ਸਟੂਡੈਂਟ ਹੋ, ਤਾਂ ਤੁਸੀਂ ਫਿਰ ਆਪਦਾ ਆਈਲੈਟਸ ਕਿਉਂ ਇੰਪਰੂਵ ਨਹੀਂ ਕਰਦੇ, ਤੁਸੀਂ ਕਿਉਂ ਰਿਸਕ ਲੈਣਾ ਚਾਹੁੰਦੇ ਹੋ? 2.5 ਨੇ ਬੱਚੇ, ਰਿਸਕ ਹੋ ਸਕਦਾ ਹੈਗਾ। ਸੋ ਮੇਰੀ ਤੁਹਾਨੂੰ ਇਹੀ ਸਲਾਹ ਹੈਗੀ ਹੈ ਕਿ ਤੁਸੀਂ ਜਿਹੜਾ ਹੈਗਾ ਆਪਦਾ ਆਈਲੈਟਸ ਨੂੰ ਇੰਪਰੂਵ ਕਰ ਲਓ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਨਹੀਂ ਤੁਸੀਂ ਕਿਸੇ ਵੀ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਕੇ ਤੁਸੀਂ 5.5-2 'ਚ ਜੇ ਫਾਈਲ ਲਾਉਂਗੇ ਤਾਂ ਤੁਹਾਡੀ ਰਿਜੈਕਸ਼ਨ ਜਿਹੜੀ ਆ ਸਕਦੀ ਹੈਗੀ ਹੈ, ਕਿਉਂਕਿ ਏਜੰਟਾਂ ਨੇ ਤੁਹਾਨੂੰ ਸਹੀ ਸਲਾਹ ਨਹੀਂ ਦੇਣੀ। ਬਹੁਤ ਸਾਰੇ, ਬਹੁਤ ਘੱਟ ਲੋਕ ਹੁੰਦੇ ਨੇ ਜੋ ਸਹੀ ਸਲਾਹ ਦਿੰਦੇ ਨੇ, ਠੀਕ ਹੈ? ਲੋਕ ਤੁਹਾਡੀ ਪ੍ਰੋਫਾਈਲ 'ਤੇ ਜੂਆ ਖੇਡਦੇ ਨੇ, ਫੀਸ ਵੀ ਤੁਸੀਂ ਤਾਰਨੀ ਹੁੰਦੀ ਹੈ, ਸਾਰਾ ਕੁਝ ਤੁਸੀਂ ਕਰਨਾ ਹੁੰਦਾ ਹੈ, ਅਤੇ ਜੂਆ ਕੰਸਲਟੈਂਟ ਵੱਲੋਂ ਖੇਡਿਆ ਜਾਂਦਾ ਹੈਗਾ। ਸੋ ਬੱਚੇ, ਤੁਸੀਂ ਵਧੀਆ ਹੋਏਗਾ ਜੇ ਤੁਸੀਂ ਆਪਦਾ ਆਈਲੈਟਸ ਇੰਪਰੂਵ ਕਰ ਲਓ ਤਾਂ ਜ਼ਿਆਦਾ ਵਧੀਆ ਗੱਲ ਹੈ, ਨਹੀਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ। ਅੱਗੇ ਹੈਪੀ ਸਿੰਘ ਜੀ ਲਿਖਦੇ ਨੇ, ਮਜ਼ਾਕ ਕਰਦੇ ਨੇ ਕਿ ਭਾਅ ਜੀ ਲੱਗਦਾ ਰਾਤ ਨੂੰ ਵੀ ਤੁਸੀਂ ਤਿਆਰ ਹੋ ਕੇ ਸੁਣਦੇ ਹੋ ਵੀਡੀਓ ਬਣਾਉਣ ਲਈ। ਨਹੀਂ ਬ੍ਰਦਰ, ਐਵੇਂ ਦੀ ਕੋਈ ਗੱਲ ਨਹੀਂ, ਮੇਰਾ ਕੰਮ ਹੈਗਾ, ਮੈਨੂੰ ਬਹੁਤ ਘੱਟ ਸਮਾਂ ਲੱਗਦਾ ਹੈਗਾ, 1-1.5 ਘੰਟਾ ਮੈਨੂੰ ਰੋਜ਼ ਵੀਡੀਓ ਵਾਸਤੇ ਕੱਢਣਾ ਪੈਂਦਾ। ਸੋ ਇਹ ਮੇਰੇ ਵਾਸਤੇ ਕੋਈ ਬੜੀ ਮੁਸ਼ਕਲ ਦੀ ਗੱਲ ਨਹੀਂ, ਤੁਹਾਨੂੰ ਜ਼ਰੂਰ ਲੱਗਦਾ ਹੋਵੇ ਕਿ ਤੁਸੀਂ 3-4 ਵੀਡੀਓ ਮੇਰੀ ਡੇਲੀ ਦੇਖਦੇ ਹੋ, ਪਰ ਮੈਂ ਬਹੁਤ ਘੱਟ ਸਮੇਂ ਦੇ ਵਿੱਚ ਵੀਡੀਓ ਜਿਹੜੀ ਉਹ ਸ਼ੂਟ ਕਰ ਲੈਂਦਾ। ਧੰਨਵਾਦ ਤੁਸੀਂ ਵੀਡੀਓ ਦੇਖਦੇ ਹੋ ਅਤੇ ਧੰਨਵਾਦ ਕਮੈਂਟ ਕਰਨ ਲਈ। ਵਰਕ ਪਰਮਿਟ 'ਤੇ ਵੀਡੀਓ 'ਤੇ ਜਿਹੜਾ ਹੈ ਕਮੈਂਟ ਕਰ ਦਿੰਦੇ ਜਤਿੰਦਰ ਸਿੰਘ ਜੀ, ਟੋਟਲ ਖਰਚਾ ਕਿੰਨਾ ਆਉਂਦਾ ਹੈ ਸਰ ਵਰਕ ਵੀਜ਼ਾ ਦੇ ਲਈ?
ਬ੍ਰਦਰ ਇਹਦੇ ਬਾਰੇ ਤੁਸੀਂ ਸਾਨੂੰ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਅਤੇ ਅਸੀਂ ਤੁਹਾਨੂੰ ਸਾਰਾ ਸੁਜੈਸਟ ਕਰ ਦਾਂਗੇ ਕਿਵੇਂ ਤੁਸੀਂ ਆਪ ਜਿਹੜੀ ਲੀਮੀਆ ਮੰਗਵਾਉਣੀ ਹੈਗੀ ਹੈ ਅਤੇ ਅਸੀਂ ਤੁਹਾਡੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹੈਗੇ ਹਾਂ। ਅੱਗੇ ਕਮਲਦੀਪ ਜੀ ਪੁੱਛਦੇ ਨੇ, ਸਰ ਮੇਰੀ ਵਾਈਫ ਕਾ US ਕਾ 10 ਈਅਰ ਮਲਟੀਪਲ ਐਂਟਰੀ ਵੀਜ਼ਾ ਲਗਾ ਹੁਆ ਹੈ, ਤੋ ਕਿਆ ਮੁਝੇ ਮਿਲ ਸਕਤਾ ਹੈ ਵੀਜ਼ਾ? ਆਈ ਮੀਨ ਕਿ ਕਿੰਨੇ ਪਰਸੈਂਟ ਚਾਂਸ ਨੇ ਕਿ ਮੇਰਾ ਵੀਜ਼ਾ ਲੱਗਣ ਦੇ? ਲੱਗ ਸਕਦਾ ਜੀ, ਪਰ ਤੁਸੀਂ ਕਮਲਦੀਪ ਜੀ ਇੱਕ ਚੀਜ਼ ਦਾ ਧਿਆਨ ਰੱਖਿਓ, ਜਦੋਂ ਤੁਸੀਂ ਅੰਬੈਸੀ ਜਾਓਗੇ ਤਾਂ ਤੁਸੀਂ ਇਹ ਜ਼ਰੂਰ ਦੱਸ ਸਕਦੇ ਹੋ ਕਿ ਮੇਰੀ ਵਾਈਫ ਦਾ ਵੀਜ਼ਾ ਲੱਗਿਆ ਹੋਇਆ, ਅਸੀਂ ਇਕੱਠਿਆਂ ਨਹੀਂ ਘੁੰਮਣ ਜਾਣਾ ਹੈਗਾ, ਠੀਕ ਹੈ? ਪਰ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਿਓ, ਆਪਣੇ ਨਾ ਤਾਂ ਵਾਈਫ ਨੂੰ ਨਾਲ ਲੈ ਕੇ ਜਾਇਓ, ਨਾ ਹੀ ਉਹਦਾ ਪਾਸਪੋਰਟ ਲੈ ਕੇ ਜਾਇਓ, ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਅੰਬੈਸੀ, ਜੇ ਕੋਈ ਅੰਬੈਸੀ ਨੂੰ ਤੁਹਾਡੀ ਅਟੈਂਸ਼ਨ ਸਹੀ ਨਾ ਲੱਗੇ, ਜੇ ਤੁਹਾਡੇ 'ਤੇ ਕੋਈ ਡਾਊਟ ਹੋਏ ਤਾਂ ਉਹ ਤੁਹਾਡੀ ਵਾਈਫ ਦਾ ਵੀਜ਼ਾ ਵੀ ਜਿਹੜਾ ਹੈ ਉਹ ਰਿਵੋਕ ਕਰ ਸਕਦੀ ਹੈ, ਯਾਨੀ ਕਿ ਕੈਂਸਲ ਕਰ ਸਕਦੀ ਹੈ। ਬਹੁਤ ਵਾਰੀ ਕੇਸਿਸ ਦੇ ਵਿੱਚ ਹੁੰਦਾ ਹੈ ਕਿ ਜਦੋਂ ਤੁਹਾਡਾ ਸਪਾਊਸ ਦਾ ਵੀਜ਼ਾ ਲੱਗਿਆ ਹੋਵੇ, ਤੁਸੀਂ ਵੀਜ਼ਾ ਲਵਾਉਣ ਚਲੇ ਜਾਓ, ਜੇ ਵੀਜ਼ਾ ਆਫਿਸਰ ਨੂੰ ਤੁਸੀਂ ਸੈਟਿਸਫਾਈ ਨਾ ਕਰ ਪਾਏ ਤਾਂ ਤੁਹਾਨੂੰ ਤਾਂ ਵੀਜ਼ਾ ਮਿਲਣਾ ਨਹੀਂ, ਤੁਹਾਡੇ ਸਪਾਊਸ ਦਾ ਵੀਜ਼ਾ ਵੀ ਕੈਂਸਲ ਕਰ ਸਕਦੇ ਹੈਗੇ। ਸੋ ਤੁਸੀਂ ਜੇ ਜਾਣਾ ਹੈਗਾ ਟਰਾਈ ਕਰੋ, ਟਰਾਈ ਕਰਨ 'ਚ ਕੋਈ ਸ਼ਰਤ ਨਹੀਂ, ਤੁਸੀਂ ਇਕੱਲੇ ਜਾ ਕੇ ਟਰਾਈ ਕਰੋ, ਆਪਣੀ ਵਾਈਫ ਦਾ ਪਾਸਪੋਰਟ ਨਾਲ ਲਿਜਾਣ ਦੀ ਗਲਤੀ ਤੁਸੀਂ ਨਾ ਕਰਿਓ। ਬਹੁਤ ਸਾਰੇ ਕੇਸਿਸ ਦੇ ਵਿੱਚ ਦੇਖਣ ਨੂੰ ਆਉਂਦਾ ਹੈ ਕਿ ਨਾਲ ਦੇ ਪਾਰਟਨਰ ਦਾ ਵੀਜ਼ਾ ਅੰਬੈਸੀ ਕੈਂਸਲ ਕਰ ਦਿੰਦੀ ਜੇ ਤੁਹਾਨੂੰ ਵੀਜ਼ਾ ਨਾ ਦੇਵੇ। ਸੋ ਜੇ ਤੁਹਾਡੀ ਵਾਈਫ ਦਾ ਵੀਜ਼ਾ ਲੱਗਿਆ, ਤੁਸੀਂ ਕਹਿ ਸਕਦੇ ਹੋ, ਦੱਸ ਸਕਦੇ ਹੋ, ਅਤੇ ਤੁਸੀਂ ਫੋਟੋਕਾਪੀ ਲਿਜਾ ਸਕਦੇ ਹੋ ਨਾਲ ਕਿ ਮੇਰੀ ਵਾਈਫ ਦਾ ਵੀਜ਼ਾ ਹੈਗਾ ਅਤੇ ਮੈਨੂੰ ਵੀਜ਼ਾ ਚਾਹੀਦਾ ਹੈਗਾ। ਜੇ ਉਹ ਤੁਹਾਡੇ ਤੋਂ ਪਾਸਪੋਰਟ ਮੰਗਵਾਉਣ ਵਾਈਫ ਦਾ, ਤਾਂ ਵੀ ਤੁਸੀਂ ਨਹੀਂ ਲੈ ਕੇ ਜਾਣਾ, ਕਿਉਂਕਿ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਵਾਈਫ ਦਾ ਵੀਜ਼ਾ ਵੀ ਜਿਹੜਾ ਉਹ ਕੈਂਸਲ ਹੋ ਸਕਦਾ ਹੈਗਾ। ਕਈ ਵਾਰੀ ਦੇਖਣ 'ਚ ਇਹ ਵੀ ਆਇਆ ਕਿ ਜਦੋਂ ਕਈ ਬੱਚਿਆਂ ਦਾ ਵੀਜ਼ਾ ਲਵਾਉਣ ਵਾਸਤੇ ਚਲੇ ਜਾਂਦੇ ਨੇ ਮਾਂ ਬਾਪ, ਅਤੇ ਆਪਦਾ ਪਾਸਪੋਰਟ ਦਿਖਾ ਦਿੰਦੇ ਨੇ ਅਤੇ ਉਹਨਾਂ ਦਾ ਵੀਜ਼ਾ ਵੀ ਨਾਲ ਦੀ ਨਾਲ ਕੈਂਸਲ ਕਰ ਦਿੱਤਾ ਜਾਂਦਾ ਹੈਗਾ। ਸੋ ਇਹਨਾਂ ਗੱਲਾਂ ਦਾ ਦੋਸਤੋ ਤੁਸੀਂ ਜ਼ਰੂਰ ਧਿਆਨ ਰੱਖਿਓ। ਉਮੀਦ ਕਰਦਾ ਅੱਜ ਦੇ ਕਮੈਂਟ ਇਹੀ ਸੀ, ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਤਾਂ ਜਾਂਦੇ ਜਾਂਦੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ, ਬੈੱਲ ਦਾ ਬਟਨ ਦਬਾਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਮੈਨੂੰ ਇੰਸਟਾ 'ਤੇ ਫਾਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ 'ਤੇ ਦਿੱਤੇ ਹੋਏ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।